ਚੀਜ਼ਾਂ ਸਾਡੇ ਕੋਲ ਨੇ ਉਹਨਾਂ ਦੇ ਪਿਓ ਕੋਲ ਵੀ ਇੰਡੀਆ ਦਾ ਇਨਸ਼ਾਅੱਲਾ 2025 ਦਾ ਕੋਈ ਕੱਕੜ ਨਹੀਂ ਰਹਿਣਾ ਸੁੱਤਿਆਂ ਸਵਾ ਦੇਾਂਗੇ ਜਿੱਥੇ ਸੁੱਤੇ ਨੇ ਉੱਥੇ ਸੁੱਤੇ ਰਹਿਣ ਇਨਸ਼ਾਅੱਲਾ ਟੰਗਾਂ ਦੇ ਥੱਲੇ ਵੜ ਜਾਗੇ ਪੰਪ ਬਣ ਕੇ ਕੁੱਤਾ ਹੈ ਮੋਦੀ ਕੁੱਤਾ ਹੈ ਇਹ ਮੋਦੀ ਦੇ ਕਈ ਪਿਓ ਹੋਏ ਆਪਣੇ ਆਪ ਨੂੰ ਪੰਪ ਬਣੇ ਉਹਨਾਂ ਦੇ ਘਰਾਂ ਹੀ ਜਾ ਵੜਾਂਗੇ ਇੱਕ ਮਿੰਟ 'ਚ ਉਹਨਾਂ ਦੇ 5 ਜਹਾਜ਼ ਸੁੱਟੇ ਹਨ ਅੱਛਾ ਇੰਡੀਆ ਕਹਿ ਰਿਹਾ ਕਿ 2025 ਦੇ ਵਿੱਚ ਪਾਕਿਸਤਾਨ ਖਤਮ ਕਰ ਦੇਵਾਂਗਾ ਕਬਜ਼ਾ ਕਰ ਲਾਂਗਾ ਗੁਲਾਮ ਬਣਾ ਲਾਂਗਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮੁਸ਼ਕਲ ਹੈ ਨਹੀਂ ਇੰਨੀ ਜੋਗਾ ਹੈਗਾ ਅੱਛਾ ਹਾਂ ਅਸੀਂ ਇਨਸ਼ਾਅੱਲਾ ਟੰਗਾਂ ਦੇ ਥੱਲੇ ਵੜ ਜਾਗੇ ਬੰਬ ਬਣ ਕੇ ਕੀ ਬਾਤ ਹੈ ਤੁਹਾਡੇ ਜਜ਼ਬੇ ਦੀ ਇਨਸ਼ਾਅੱਲਾ ਸਾਰੀਆਂ ਕਸੀਨਾ ਤਾਣ ਕੇ ਅੱਗੇ ਖਲੋ ਜਾਗੇ ਇਨਸ਼ਾਅੱਲਾ ਪੂਰਾ ਪਾਕਿਸਤਾਨ ਜਿੰਨਾ ਮੁਸਲਮਾਨ ਹੈਗਾ ਇਨਸ਼ਾਅੱਲਾ ਅਸੀਂ ਉਹਦੇ ਨਾਲ ਮੁਕਾਬਲਾ ਕਰਾਂਗੇ ਠੀਕ ਹੈ ਉਹ ਸਾਡੇ ਨਾਲ ਘੁੰਮੇ ਸਾਡੇ ਨਾਲ ਜਿੱਥੇ ਸਾਨੂੰ ਛੁੱਟਣਗੇ ਬੰਬ ਬਣ ਕੇ ਉੱਥੇ ਜਾ ਵੱਜਾਂਗੇ ਅੱਛਾ ਜੀ ਇਨਸ਼ਾਅੱਲਾ ਝੂਠੀਆਂ ਧਮਕੀਆਂ ਲਾ ਰਿਹਾ ਬਿਲਕੁਲ ਝੂਠੀਆਂ ਧਮਕੀਆਂ ਲਾ ਰਿਹਾ ਨਹੀਂ ਜੋਗਾ ਨਹੀਂ ਹੈਗਾ ਨਹੀਂ ਸਾਡੇ ਨਾਲ ਨਸੀਹਤ ਕਿਉਂ ਨਹੀਂ ਹੋਈ ਅੱਗੇ ਨਾ ਤੇ ਜਹਾਜ਼ ਨਹੀਂ 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 ਜੀ ਐਵੇਂ ਮਰਨਾ ਨੇ ਇਸੇ ਤਰ੍ਹਾਂ ਹੀ ਕੁਝ ਮਰ ਗਿਆ ਕੁਝ ਹੋਰ ਮਰ ਜਾਏਗਾ ਅੱਛਾ ਜੀ ਹਾਂਜੀ ਇਸੇ ਤਰ੍ਹਾਂ ਇਹਦੇ ਨਾਲ ਹੋਣੀ ਹੈ ਠੀਕ ਹੈ ਤੁਹਾਡਾ ਜਜ਼ਬਾ ਬਹਾਲ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਛਾ ਜੀ ਇਨਸ਼ਾਅੱਲਾ ਪੂਰਾ ਪਾਕਿਸਤਾਨ ਛੋਟਾ ਬੱਚੇ ਤੋਂ ਲੈ ਕੇ ਬੁੱਢੇ ਤੱਕ ਮੂੰਹ ਤੋੜ ਜਵਾਬ ਦੇ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਆਪ ਖੁਦ ਨਾਲ ਹੋ ਕੇ ਲੜਾਂਗੇ ਇਨਸ਼ਾਅੱਲਾ ਇੰਡੀਆ ਹੈ ਬਗਾਰਤ ਹੈ ਕੁੱਤਾ ਹੈ ਮੋਦੀ ਕੁੱਤਾ ਹੈ ਕੰਜਰ ਹੈ ਹਾਂਜੀ ਤੇ ਜਿਹੜੀਆਂ ਧਮਕੀਆਂ ਲਾ ਰਿਹਾ ਧਮਕੀਆਂ ਲਾ ਰਿਹਾ ਐਰੀ ਭੈਣ ਆਪੀਏ ਸਾਨੂੰ ਆਮ ਜਾਜ਼ਾ ਦੇਣਾ ਤਾਂ ਹਕੂਮਤ ਅਸੀਂ ਆਪੀ ਇਹਨਾਂ ਦੀ ਕੁੜੀ ਚੜੀ ਆਪੀ ਆ ਹਾਂਜੀ ਕਿਉਂ ਇੰਜ ਵੀ ਹਰਕਤਾਂ ਕਰ ਰਿਹਾ ਮੋਦੀ ਬਗੈਰਾ ਜੋ ਹੈ ਸ਼ੁਰੂ ਤੋਂ ਮੁਨਕਰ ਜੋ ਹੈ ਮੁਨਕਰ ਇਨਸਾਨ ਹੈ ਨਾ ਹਾਂਜੀ ਭਾਈਜਾਨ ਮੁਸਲਮਾਨ ਇੱਕ ਐਸੀ ਕੌਮ ਹੈ ਕਦੀ ਕਿਸੇ ਦੀ ਗੁਲਾਮ ਨਹੀਂ ਹੋਈ ਇਹ ਮੋਦੀ ਦੇ ਕਈ ਪਿਓ ਆਏ ਨੇ ਪਾਕਿਸਤਾਨ ਦੀ ਬੁਨਿਆਦ ਲਾਇਲਾ ਲਾਇਲਾ ਦੀ ਬੁਨਿਆਦ ਤੇ ਬਣਿਆ ਮੋਦੀ ਕੀ ਇਸ ਅਮਰੀਕਾ ਆ ਕੇ ਗੁੜਨੇ ਟੇਕ ਕੇ ਉਤਰ ਗਿਆ ਰੂਸ ਵਰਗੇ ਮਾਫੀਆ ਪੇ ਮੰਗਦੇ ਨੇ ਮੋਦੀ ਦਾ ਪਿਓ ਕੋ ਹੋਏ ਨਾ ਕੰਜਰ ਦਾ ਪੁੱਤਰ ਉਹ ਵੀ ਆ ਕੇ ਪਾਕਿਸਤਾਨ ਦਾ ਬਾਲ ਵੀ ਡਿੰਗਾ ਨਹੀਂ ਕਰ ਸਕਦਾ ਇਹ ਹਵਾਈ ਗੱਲਾਂ ਸਮਝ ਇਹ ਹਵਾ ਦੇ ਵਿੱਚ ਫੈਰ ਕਰਨੇ ਹੋਰ ਨੇ ਲੇਕਿਨ ਜਦੋਂ ਅੱਗੇ ਆਣਾ ਮੁਸਲਮਾਨ ਮਾਸ਼ਾਅੱਲਾ ਅਸੀਂ ਸਾਰੇ ਮੁਸਲਮਾਨ ਸਾਨੂੰ ਪਤਾ ਜਦੋਂ ਆਹ ਮਰਨਾ ਸਿੱਧਾ ਜੰਨਤ ਸਾਡਾ ਹੀ ਮੁੰਤਜ਼ਰ ਹੈ ਠੀਕ ਹੈ ਉਹਨਾਂ ਜਦੋਂ ਮਰਨਾ ਇੱਥੇ ਵੀ ਬਲਦੇ ਨੇ ਉੱਥੇ ਵੀ ਬਲਣਾ ਅੱਗੇ ਵੀ ਬਲਣਾ ਪਾਕਿਸਤਾਨ ਨੂੰ ਖਤਮ ਕੋਈ ਨਹੀਂ ਕਰ ਸਕਦਾ ਦੂਸਰੇ ਨੰਬਰ ਤੇ ਸਾਡੀ ਕਿਆਦਤ ਇਸ ਟਾਈਮ ਇਸ ਤਰ੍ਹਾਂ ਦੀ ਹੈ ਨਾ ਝੁਕਣ ਵਾਲੀ ਹੈ ਨਾ ਲਿਫਣ ਵਾਲੀ ਹੈ ਉਹਦਾ ਜਵਾਬ ਇੱਟ ਦਾ ਪੱਥਰ ਦੇ ਨਾਲ ਦੇਣਗੇ ਅੱਗੇ ਸਾਡੀ ਜਿਹੜੀ ਕਿਆਦਤ ਸੀ ਉਹਦੇ ਉੱਥੇ ਕਾਰੋਬਾਰ ਸਨ ਉਹਨੂੰ ਜਵਾਬ ਕੋਈ ਨਹੀਂ ਦਿੰਦੇ ਜਿੰਨੀ ਕਿ ਇਸ ਟਾਈਮ ਜ਼ਲਾਲਤ ਇੰਡੀਆ ਦੀ ਦੁਨੀਆ ਵਿੱਚ ਹੋਈ ਹੈ ਕਦੀ ਇੰਨੀ ਜ਼ਲੀਲ ਨਹੀਂ ਹੋਇਆ ਮੋਦੀ ਆਪਣਾ ਇਲੈਕਸ਼ਨ ਜਿੱਤਣ ਵਾਸਤੇ ਹਾਂਜੀ ਪਿਛੋ ਕੁਝ ਵੀ ਕਰ ਰਿਹਾ ਨਾ ਇਲੈਕਸ਼ਨ ਵਾਸਤੇ ਕੁੱਤੀ ਦਾ ਬਾਲ ਕਰ ਰਿਹਾ ਹੈ ਇਹ ਕਦੀ ਨਾ ਜਿੱਤ ਸਕਦਾ ਨਾ ਅੱਗੇ ਆਣਾ ਮੋਦੀ ਕੁੱਤਾ ਮੋਦੀ ਕੁੱਤਾ ਇੰਡੀਆ ਦਾ ਇਨਸ਼ਾਅੱਲਾ 2025 ਦਾ ਕੋਈ ਕੱਕੜ ਨਹੀਂ ਰਹਿਣਾ ਅੱਛਾ ਜੀ ਠੀਕ ਹੈ ਸਾਡੀ ਪਾਕ ਫੌਜ ਇੰਨਾ ਕੁ ਜਜ਼ਬਾ ਹੈ ਉਹਨਾਂ ਦੇ ਬੱਚੇ ਬੱਚੇ ਫਨਾ ਕਰ ਦੇਣਗੇ ਇਨਸ਼ਾਅੱਲਾ ਤਾਲਾ ਅੱਲਾ ਨੇ ਚਾਹੇ ਇੰਡੀਆ 2025 ਦਾ ਨਾਮ ਨਿਸ਼ਾਨ ਹੀ ਮਿਟ ਜਾਏਗਾ ਉਹਦਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਦੇ ਨਾਲ ਅੱਛਾ ਇਹ ਸਾਡੇ ਪਾਕਿਸਤਾਨ ਮੁਸਲਮਾਨ ਇੰਨਾ ਕੁ ਜਜ਼ਬਾ ਹੈ ਜਾਨੂੰ ਦੇਣਾ ਇਜਾਜ਼ਤ ਇਹ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਦੀਆਂ ਬੋਟੀਆਂ ਕਰ ਦੇਣ ਭਾਜੀ ਉਹ ਮਾਂ ਵੀ ਜੇ ਕਦੀ ਵੀ ਨਹੀਂ ਕਰ ਸਕਦਾ ਅੱਛਾ ਜੀ ਜੀ ਅਸੀਂ ਮੁਸਲਮਾਨ ਕੌਮ ਆ ਕੋਈ ਹਿੰਦੂ ਨਹੀਂ ਅਸੀਂ ਨਬੀ ਦੀ ਉਮਤ ਆ ਅਸੀਂ ਤੇ ਆਪਣੇ ਜਿਸਮਾਂ ਤੇ ਬੰਬ ਬਣ ਕੇ ਟੋਲ ਪੈਣ ਲੱਗੇ ਆ ਅੱਛਾ ਜੀ ਸਮਝ ਆਈ ਇਹ ਧਮਕੀਆਂ ਲਾਂਦਾ ਇਹ ਭੈਣ ਨੇ ਧਮਕੀਆਂ ਲਾਣੀ ਉਹਨੇ ਇਹਨੇ ਮੈਂ ਨਹੀਂ ਆਪਣੀ ਦੀ ਯਾਰ ਸਹੀ ਹੈ ਇੰਡੀਆ ਕੁਝ ਵੀ ਨਹੀਂ ਕਰ ਸਕਦਾ ਸਹੀ ਹੈ ਸਮਝ ਆਈ ਜੀ ਜੀ ਇਹਨੇ ਛੇੜਖਾਨੀ ਕੀਤੀ ਤੇ ਭਾਜੀ ਛੇੜਖਾਨੀ ਕੀਤੀ ਤੇ ਫਿਰ ਅਸੀਂ ਅੱਗੇ ਵੀ ਟੈਂਗਾਂ ਦੇ ਥੱਲੇ ਲੰਮੇ ਪੈ ਗਿਆ ਬੰਬ ਬਣ ਕੇ ਤੇ ਹੁਣ ਵੀ ਇਹਦੀ ਭੈਣ ਤੇ ਬੰਬ ਬਣ ਕੇ ਹਾਂਜੀ ਹੁਣ ਵੀ ਚੜ ਜਾਵਾਂਗੇ ਹੁਣ ਵੀ ਸਾਨੂੰ ਨਹੀਂ ਡੱਕ ਸਕਦਾ ਅੱਛਾ ਕਿ ਅਸੀਂ ਤੇ ਜਹਾਜ਼ ਵੀ ਸੁੱਟੇ ਨੇ ਤੇ ਫੇਰ ਸ਼ਰਾਰਤਾਂ ਕਰਦਾ ਉਹ ਜੋ ਮਰਜ਼ੀ ਪਿਆ ਕਰੇ ਭਾਜੀ ਇਹ ਸਾਡਾ ਕੁਝ ਵੀ ਨਹੀਂ ਵਿਗਾੜ ਸਕਦਾ ਮੁਸਲਮਾਨ ਕੌਮ ਦਾ ਇਮਾਨ ਹੈ ਇਹ ਹਿੰਦੂ ਹੈ ਇਹਨਾਂ ਰਾਮ ਰਾਮ ਕਰਨਾ ਤੇ ਅਸਾਂ ਰਹਿਮਾਨ ਕਰਨਾ ਤੁੰਛਣਾਂਗੇ ਫੜ ਕੇ ਤੁੰਨ ਕੇ ਰੱਖ ਛਣਾਂਗੇ ਇਹਦੀ ਮਾਂ ਦੀ ਸੋਹਣੇ ਹਿੰਦੂ ਦੀ ਸਾਨੂੰ ਮਰਨ ਦਾ ਡਰ ਕੋਈ ਨਹੀਂ ਠੀਕ ਹੈ ਅਸੀਂ ਹਰ ਟਾਈਮ ਮਰਨ ਲਈ ਤਿਆਰ ਹਾਂ ਅਸੀਂ ਮਰਨਾ ਅਸੀਂ ਸ਼ਹੀਦ ਹਾਂ ਉਹਨਾਂ ਨੇ ਮਰ ਕੇ ਤੇ ਜ਼ਲੀਲ ਇੰਡੀਆ ਨੂੰ ਐ ਨਹੀਂ ਨਾ ਪਤਾ ਅਸੀਂ ਕਿਹਦੇ ਮੰਨ ਲਾਣੇ ਆ ਅਸੀਂ ਮਹਿਮੂਦੇ ਗਦਨਵੀ ਦੇ ਮੰਨਣ ਵਾਲੇ ਆ ਤੇ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਮੋਦੀ ਮਹਿਮੂਦੇ ਗਦਨਵੀ ਦੇ ਘੋੜੇ ਦੀਆਂ ਟਾਪਾਂ ਨਾਲ ਤੇਰੀਆਂ ਨਾਨੀਆਂ ਤੇ ਦਾਦੀਆਂ ਦੇ ਹਮਲ ਡੈ ਪਾਉਂਦੇ ਹਨ ਤੂੰ ਪੀਨਾ ਪਿਸ਼ਾਬ ਤੇ ਅਸੀਂ ਪੀਨੇ ਆ ਜ਼ਮਜ਼ਮ ਤੂੰ ਸਾਡਾ ਕੁਝ ਵੀ ਨਹੀਂ ਵਿਚਾਰ ਸਕਦਾ ਤੈਨੂੰ 65 ਦਾ ਪਤਾ ਨਹੀਂ ਸਾਡੇ ਇੱਕ ਹੀ ਜੰਗੀ ਕੈਪਟਨ ਨੇ MM ਆਲਮ ਨੇ ਇੱਕ ਮਿੰਟ 'ਚ ਉਹਨਾਂ ਦੇ 5 ਜਹਾਜ਼ ਸੁੱਟੇ ਹਨ ਤੇ ਹੁਣ ਤੇ ਫਿਰ ਜਦੀਦ ਦੌਰ ਹੈ ਸੋਚ ਸਿਰਫ ਸੋਚ ਹੈ ਹੋਰ ਕੁਝ ਨਹੀਂ ਹੈ ਮੋਦੀ ਕੁਝ ਨਹੀਂ ਕਰ ਸਕਦਾ ਸਾਡਾ ਮੁਲਕ ਹੈ ਸਾਨੂੰ ਪਤਾ ਹੈ ਸਾਡਾ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਅਗਰ ਉਹ ਹਮਲਾ ਕਰ ਛੱਡਿਆ ਉਹਨੇ ਤੇ ਫਿਰ
ਸੁੱਤਿਆਂ ਸੁਵਾ ਦੇਾਂਗੇ ਜਿੱਥੇ ਸੁੱਤੇ ਨੇ ਉੱਥੇ ਸੁੱਤੇ ਰਹਿਣਗੇ ਸਾਰੀ ਜ਼ਿੰਦਗੀ ਵਾਸਤੇ ਕਿਉਂ ਜੀ ਪਾਕਿਸਤਾਨ ਦੇ ਵਿੱਚ ਜਿੰਨੀ ਆਵਾਮ ਹੈ ਇੱਕ ਇੱਕ ਬੱਚਾ ਇੱਕ ਇੱਕ ਬੰਦਾ ਇੱਕ ਇੱਕ ਬੂੜਾ ਸਾਰੇ ਜਿਹੜੇ ਨੇ ਨਾ ਸਾਰੇ ਫੌਜ ਦੇ ਨਾਲ ਨੇ ਸਾਰੇ ਇੱਕ ਇੱਕ ਸਫਾਈ ਹੈ ਕੋਈ ਵੀ ਬੋਝਦਿਲਾ ਨਾ ਕਾਰਵਾਈ ਕਰੇਗਾ ਪਾਕਿਸਤਾਨ ਮੂੰਹ ਤੋੜ ਜਵਾਬ ਦੇਗਾ ਤੇ ਮੂੰਹ ਤੋੜ ਜਵਾਬ ਦਿੱਤਾ ਵੀ ਹੈ ਤੇ ਅੱਗੇ ਵੀ ਲੱਭੇਗਾ ਤੇ ਲੱਭਦਾ ਹੀ ਰਹੇਗਾ ਜਹਾਜ਼ ਵੀ ਸੁੱਟੇ ਨੇ ਹਾਂਜੀ ਜਹਾਜ਼ ਵੀ ਸੁੱਟੇ ਨੇ ਤੇ ਬਕਾਇਆ ਵੀ ਜਿਹੜਾ ਹੈ ਨਾ ਥੋੜਾ ਜਿਹਾ ਵੀ ਬੋਝਦਿਲਾ ਨਾ ਕਾਰਵਾਈ ਕਰਨਗੇ ਤੇ ਪਾਕਿਸਤਾਨ ਮੂੰਹ ਤੋੜ ਜਵਾਬ ਦੇਗਾ ਉਹ ਇੱਟ ਮਾਰਨਗੇ ਅਸੀਂ ਜਿਹੜਾ ਹੈ ਨਾ ਇਸ ਪਾਸੋਂ ਪੱਥਰ ਮਾਰਾਂਗੇ ਭਾਈਆ ਉਹਨਾਂ ਦੀ ਗੱਲ ਸੋਚ ਆਈ ਹੈ ਠੀਕ ਹੈ ਤੇ ਐਸਾ ਕਦੀ ਵੀ ਨਹੀਂ ਕਰ ਸਕਦਾ ਉਹ ਇੱਕ ਤੀਲਾ ਨਹੀਂ ਲਾ ਸਕਦਾ ਭਾਈਆ ਤੋਂ ਤੇ ਉਹ ਬਗੈਰ ਬੜੀ ਦੂਰ ਦੀ ਗੱਲ ਹੈ ਜੇ ਉਹ ਹਮਲਾ ਕਰ ਛੜੇ ਤੇ ਫੇਰ ਹੈ ਜੇ ਹਮਲਾ ਕਰ ਛੜਦਾ ਤੇ ਫੇਰ ਅਸੀਂ ਕੀ ਕਰਾਂਗੇ ਭਾਈ ਫੇਰ ਸਾਡੀ ਫੌਜ ਦੇ ਨਾਲ ਆ ਅਸੀਂ ਪਾਕਿਸਤਾਨ ਫੌਜ ਦੇ ਨਾਲ ਆ ਅੱਲਾ ਦੇ ਹੁਕਮ ਨਾਲ ਪੈਂਦਾ ਭਾਗ ਉੱਦੀ ਜਿਹੜਾ ਸ਼ਰਾਰਤਾ ਕਰਦਾ ਹੈ ਇੰਡੀਆ ਬਗੈਰਤੀ ਕਰਦਾ ਅਮਰੀਕਾ ਦੇ ਨਾਲ ਲਿਆ ਲੈ ਠੀਕ ਹੈ ਤੇ ਅਮਰੀਕਾ ਦੇ ਦੀ ਸਪੋਰਟ ਜ਼ਿਆਦਾ ਨੂੰ ਕਰਦਾ ਪਿਆ ਵੇ ਠੀਕ ਹੈ ਉਹ ਕੋਈ ਗੱਲ ਨਹੀਂ ਪੰਜਤਲ ਭਾਗ ਵਾਲੇ ਸੇਗੋ ਲੱਭ ਜਾਣੇ ਹੁਸੈਨ ਇੰਡੀਆ ਦਾ ਪਿਓ ਵੀ ਆ ਜਾਏ ਤੂੰ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਜੋ ਐਟਮ ਜਾਂ ਜੋ ਚੀਜ਼ਾਂ ਸਾਡੇ ਕੋਲ ਨੇ ਉਹਨਾਂ ਦੇ ਪਿਓ ਕੋਲ ਵੀ ਕੋਈ ਜੇ ਅਗਰ ਉਹ ਹਮਲਾ ਕਰਦਾ ਗੰਦੀ ਸੋਚ ਹਮਲਾ ਕਰਦਾ ਤੇ ਉਹ ਮੂੰਹ ਦਿਖਾਏਗਾ ਅੱਛਾ ਮੋਦੀ ਨੂੰ ਅਸੀਂ ਕਿੰਨਾ ਸਬਕ ਸਿਖਾਇਆ ਇਹਦੇ ਜਹਾਜ਼ ਵੀ ਸੁੱਟੇ ਨੇ ਇਹਦਾ ਪਾਇਲਟ ਵੀ ਫੜਿਆ ਇਹ ਆਂਦਾ ਸੀ ਜੇ ਅਸੀਂ ਪਾਕਿਸਤਾਨ ਦੇ ਜਹਾਜ਼ ਸੁੱਟੇ ਪਾਇਲਟ ਇਹਨਾਂ ਦੇ ਮੂੰਹ ਤੇ ਮਾਰਿਆ ਠੀਕ ਇੱਕ ਬੰਦਾ ਬਗੈਰਤ ਹੋ ਜਾਏ ਤੇ ਉਹਨੂੰ ਬੰਦਾ ਕੀ ਕਹਿ ਸਕਦਾ ਠੀਕ ਹੈ ਤੁਹਾਡੀ ਉਹਦੀ ਬਗੈਰਤੀ ਇਹਦੇ ਨਾਲ ਵੱਡੀ ਕੀ ਹੋਏਗੀ ਕਿ ਆਪਣੀ ਆਵਾਮ ਉਹਨੂੰ ਜੁੱਤੀਆਂ ਵੀ ਮਾਰਦੀ ਏ ਕਿ ਤੂੰ ਕੀ ਪਿਆ ਕਰਨਾ ਬਾਜ਼ ਆ ਜਾ ਸਾਡੇ ਕੋਲ ਹਰ ਚੀਜ਼ ਦੇ ਸਬੂਤ ਇੱਕ ਇਲੈਕਸ਼ਨ ਜਿੱਤਣ ਵਾਸਤੇ ਇੰਨਾ ਕੁਝ ਕਰ ਰਿਹਾ ਜੀ ਇਹ ਸਿਰਫ ਇਲੈਕਸ਼ਨ ਇਹ ਸਾਰਾ ਕੁਝ ਉਹਨੇ ਆਪ ਕਰਵਾਇਆ ਡਰਾਮਾ ਜਿਹੜਾ ਕਿ ਹੁਣ ਉਹਦੇ ਉੱਤੇ ਹੀ ਉਹ ਪੈਂਦਾ ਪਈ ਅੱਲਾ ਦੇ ਹੁਕਮ ਨਾਲ ਕੁਛ ਨਹੀਂ ਕਰ ਸਕਦੇ ਇੰਡੀਆ ਅੱਛਾ ਜੀ ਕੁਛ ਨਹੀਂ ਕਰ ਸਕਦੇ ਜੋ ਕੁਛ ਪਾਕਿਸਤਾਨ ਜ਼ਿੰਦਾਬਾਦ ਅੱਛਾ ਜੀ ਸਾਡੀ ਫੌਜ ਜ਼ਿੰਦਾਬਾਦ ਪਾਕ ਫੌਜ ਤੁਸੀਂ ਕੀ ਇਹਦੇ ਵਾਸਤੇ ਕਰੋਗੇ ਸ਼ਹੀਦ ਹੋਵਾਂ ਆਪਣੇ ਆਪ ਨੂੰ ਸ਼ਹੀਦ ਹੋ ਕੁਰਬਾਨ ਹੋ ਅਸੀਂ ਪਾਕਿਸਤਾਨ ਵਾਸਤੇ ਆਪਣੇ ਆਪ ਨੂੰ ਬੰਬ ਬਣ ਕੇ ਉਹਨਾਂ ਦੇ ਘਰਾਂ 'ਚ ਜਾ ਵੜਾਂਗੇ ਇਨਸ਼ਾਅੱਲਾ ਝੂਠੀਆਂ ਧਮਕੀਆਂ ਦੇ ਰਹੇ ਕਾਹਦੀਆਂ ਝੂਠੀਆਂ ਭਾਈ ਜਾਨ ਅਸੀਂ ਪਾਕਿਸਤਾਨੀ ਆ ਮੈਂ ਕਿਹਾ ਇੰਡੀਆ ਝੂਠੀਆਂ ਧਮਕੀਆਂ ਦੇ ਝੂਠ ਹੈ ਇਹ ਝੂਠਾ ਉਹ ਮੁਨਕਰ ਮੁਨਾਫਕ ਕਦੀ ਮਾਨ ਵਾਲੇ ਬੰਦੇ ਦੇ ਹੈ ਵੀ ਨਹੀਂ ਹੋ ਸਕਦਾ ਸਾਡਾ ਕੁਰਾਨੇ ਪਾਕ ਤੇ ਇਮਾਨ ਹੈ ਅਸੀਂ ਮੁਸਲਮਾਨ ਮੁਸਲਮਾਨਾਂ ਨਾਲ ਕੁਝ ਨਹੀਂ ਕਰ ਸਕਦੇ ਹਿੰਦੂ ਲੋਕ ਇਨਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ ਪੰਜੀ ਮੋਦੀ ਨੇ ਵੇਖਣਾ ਨਹੀਂ ਉਸ ਤੋਂ ਪਹਿਲੇ ਮੋਦੀ ਨੇ ਪਹਿਲੀ ਤਬਾਹ ਹੋ ਜਾਣਾ ਪਰ ਇਨਸ਼ਾਅੱਲਾ ਸਾਡੀ ਫੌਜ ਐਸੀ ਹੈ ਕਿ ਮੋਦੀ ਦੇ ਘਰ ਜੋ ਇੱਕ ਇੱਕ ਬੱਚਾ ਕੱਢ ਕੇ ਤੇ ਉਹਦੇ ਪੂਰੇ ਆਉਣ ਵਾਲੀ ਨਸਲ ਖਤਮ ਕਰ ਦੇਗੀ ਸਾਡੀ ਫੌਜ ਇਨਸ਼ਾਅੱਲਾ ਅਸੀਂ ਮੋਦੀ ਨੂੰ ਇੰਨਾ ਸਬਕ ਸਿਖਾਇਆ ਤੇ ਜਹਾਜ਼ ਸੁੱਟੇ ਨੇ ਤੇ ਡਰੋਨ ਸੁੱਟੇ ਨੇ ਠੀਕ ਹੈ ਤਾਂ ਪਾਇਲਟ ਆਈ ਫੜ ਕੇ ਜਦੋਂ ਜੁੱਤੀਆਂ ਮਾਰੀਆਂ ਨੇ ਕਿਉਂ ਨਹੀਂ ਫੇਰ ਇਨਸਾਨ ਬਣਦਾ ਬਸ ਇੱਕ ਹੈ ਹੀ ਉਹ ਬਾਂਦਰ ਦਾ ਬੱਚਾ ਉਹਨੂੰ ਸ਼ਰਮ ਨਹੀਂ ਆਉਂਦੀ ਹੈ ਉਹਨੂੰ ਸ਼ਰਮ ਨਹੀਂ ਨਾ ਇਮਾਨ ਜਿਹਦਾ ਨਹੀਂ ਉਹ ਐਸਾ ਹੀ ਬਗਾਰਤੀਆਂ ਕਰੇਗਾ ਇੰਨੀਆਂ ਜੁੱਤੀਆਂ ਮਾਰੀਆਂ ਨੇ ਉਹਨੂੰ ਉਸ ਜੁੱਤੀਆਂ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਹਮਲਾ ਕੀਤਾ ਤੇ ਤੁਸੀਂ ਕੀ ਕਰੋਗੇ ਅਸੀਂ ਬਿਲਕੁਲ ਜਵਾਬ ਦੇਵਾਂਗੇ ਇਸ ਗੱਲ ਦਾ ਅੱਗੋਂ ਜੁੱਟ ਨਹੀਂ ਉਹ ਕਰਨ ਕਹਿੰਦਾ ਜੀ ਮੈਂ ਕਰ ਦਿਆਂਗਾ ਕਿਉਂਕਿ ਇੱਥੇ ਉਹਨੂੰ ਫੌਜ ਨਹੀਂ ਨਜ਼ਰ ਆ ਰਹੀ ਇੱਥੇ ਉਹਦਾ ਤਿਆਰਾ ਉਹਦਾ ਹੀ ਡਿੱਗਾ ਸੀ ਕਿਸੇ ਹੋਰ ਦਾ ਨਹੀਂ ਡਿੱਗਾ ਦਾ ਤੇ ਇਹ ਵੇਖ ਹਾਂਜੀ ਬਿਲਕੁਲ ਬਿਲਕੁਲ ਤੇ ਬਾਕੀ ਇਹ ਵੇ ਕਿ ਬੜੇ ਜਿੰਨੇ ਵੀ ਉਹਦੇ ਲੀਡਰ ਆਏ ਨੇ ਨਾ ਇਹੋ ਹੀ ਸੋਚਦੇ ਨੇ ਕਿ ਇਹਨੂੰ ਖਤਮ ਕਿੰਜ ਕਰਨਾ ਉਹ ਇਹਨੂੰ ਕਰਦਿਆਂ ਕਰਦਿਆਂ ਉਹ ਆਪ ਖਤਮ ਹੋ ਗਏ ਨੇ ਚਲੇ ਗਏ ਗੰਦੀਆਂ ਹਰਕਤਾਂ ਕਿਉਂ ਕਰ ਰਿਹਾ ਉਹ ਉਹਦੀ ਫਿਤਰਤ ਹੀ ਐਸੀ ਹੈ ਕਿ ਉਹ ਪਤਾ ਹੀ ਨਹੀਂ ਉਹਨੂੰ ਕਿ ਮੇਰੇ ਬਾਪ ਕਿੰਨੇ ਨੇ ਠੀਕ ਹੈ ਨਾ ਉਹਨੂੰ ਨਹੀਂ ਪਤਾ ਇਹਦੇ 'ਚ ਉਹਦਾ ਵੀ ਕਸੂਰ ਕੋਈ ਨਹੀਂ ਹਾਂਜੀ ਬਿਲਕੁਲ ਉਹਦੀ ਜਿਹੜੀ ਕਬੀਨਾ ਹੈ ਨਾ ਉਹ ਅਸਲ ਉਹਨੂੰ ਚਲਾ ਰਹੀ ਹੈ ਵਰਨਾ ਸ਼ੁਰੂ ਤੋਂ ਵਿਚਾਰਿਆਂ ਨੇ ਬੜੀ ਚਾਹ ਵੇਚੀ ਹੈ ਅੱਲਾ ਮਾਫੀ ਦੇ ਕਦੀ ਹੋ ਹੀ ਨਹੀਂ ਸਕਦਾ ਅੱਛਾ ਬਿਲਕੁਲ ਨਹੀਂ ਹੋ ਸਕਦਾ ਮੋਦੀ ਸ਼ਰਾਰਤਾਂ ਕਰਦਾ ਇਹਦੇ ਬਾਰੇ ਕੀ ਕਿਹਾ ਉਹ ਮਰਮ ਤੇ ਹੈ ਹੀ ਰਾਮ ਦਾ ਉਹ ਬਿਲਕੁਲ ਹੈ ਹੀ ਰਾਮ ਦਾ ਉਹਦੀ ਸ਼ਰਾਰਤਾਂ ਤੇ ਜੇ ਉਹ ਸ਼ਰਾਰਤ ਕੀਤੀ ਜੰਗ ਵਾਲੀ ਤੇ ਫੇਰ ਪਾਕਿਸਤਾਨ ਇਨਸ਼ਾਅੱਲਾ ਤਾਲਾ ਉੱਥੇ ਉਹਨੂੰ ਵਾੜੇਗਾ ਜਿੱਥੇ ਵੜਨ ਦਾ ਆ ਕੇ ਤੁਸੀਂ ਕੀ ਕਰੋਗੇ ਅਸੀਂ ਵੀ ਨਾਲ ਆ ਉਹਨਾਂ ਦੇ ਨਾਲ ਆ ਫੌਜ ਦੇ ਨਾਲ ਆ ਅਸੀਂ ਬੱਚਿਆਂ ਦੀ ਖੇਡ ਥੋੜੀ ਹੈ ਸ਼ਰਾਰਤ ਕਰੇਗਾ ਤੇ ਫਿਰ
ਮੂੰਹ ਦੀ ਖਾਏਗਾ ਅੱਛਾ ਜੀ ਬਿਲਕੁਲ ਤੇ ਧਮਕੀਆਂ ਕਿਉਂ ਦਿੰਦਾ ਛੇੜਖਾਨੀਆਂ ਕਰ ਧਮਕੀਆਂ ਕਿਉਂ ਦਿੰਦਾ ਇਹ ਤਾਂ ਦੇਣੀ ਤਾਂ ਦਿੰਦੀ ਸਹੀ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਇਤਫਾਕ ਕਰਨਾ ਚਾਹੀਦਾ ਤੇ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਠੀਕ ਹੈ ਹਾਂਜੀ ਸਭ ਆ ਜਾਣਾ ਮੁਸਲਮਾਨ ਆ ਹਨ ਮੁਸਲਮਾਨਾਂ ਦਾ ਕਲਮਾ ਗੋ ਆ ਨਬੀ ਦੇ ਨਬੀ ਦੇ ਗੁਲਾਮ ਆ ਸੇ ਠੀਕ ਹੈ ਜਿਹੜੀ ਉਹ ਧਮਕੀਆਂ ਦਿੰਦਾ ਕਿ ਮੈਂ ਖਤਮ ਕਰ ਦਿਆਂਗਾ ਮੋਦੀ ਖਤਮ ਨਹੀਂ ਉਹ ਕਰ ਸਕਦਾ ਮੁਸਲਮਾਨਾਂ ਨੂੰ ਅਸੀਂ ਮੁਸਲਮਾਨ ਆ ਕਲਮਾ ਗੋ ਮੋਦੀ ਕਿਉਂ ਇਹੋ ਜਿਹੀ ਹਰਕਤਾਂ ਗੰਦੀਆਂ ਕਰਦਾ ਮੋਦੀ ਸ਼ੁਰੂ ਤੋਂ ਹੀ ਹਰਕਤਾਂ ਗੰਦੀਆਂ ਕਰਦਾ ਆਇਆ ਹਾਂਜੀ ਅਗਰ ਉਹਨੇ ਹਮਲਾ ਕੀਤਾ ਤੁਹਾਡਾ ਇਹਦੇ ਬਾਰੇ ਕੀ ਖਿਆਲ ਉਹ ਹਮਲਾ ਕਰੇਗਾ ਅਸੀਂ ਤਾਂ ਸੱਤ ਤੋੜ ਜਵਾਬ ਦੇਵਾਂਗੇ ਪਾਕਿਸਤਾਨ ਜਿੰਦਾਬਾਦ